ਕੋਆਰਡੀਨੇਸ਼ਨ ਮੀਟਿੰਗ ਅੱਜ ਇੱਥੇ ਜਲੰਧਰ ਦੇ ਵਿੱਚ ਬੁਲਾਈ ਹੈ, ਜਿਸ ਦੇ ਵਿੱਚ ਸੈਂਟਰਲ ਪੈਰਾਮਿਲਟਰੀ ਫੋਰਸਿਸ ਦੇ ਸਾਰੇ ਅਫਸਰ, ਆਈ ਜੀ ਪੰਜਾਬ ਫਰੰਟੀਅਰ BSF, CRPF ਦੇ ਸੀਨੀਅਰ ਅਫਸਰਸ, ITBP ਦੇ ਸੀਨੀਅਰ ਅਫਸਰਸ, ਸਾਡੇ ਬਾਰਡਰ ਰੇਂਜ ਦੇ ਔਰ ਫਿਰੋਜ਼ਪੁਰ ਰੇਂਜ ਦੇ DIG ਸਾਹਿਬਾਨ, ਔਰ ਜਿਹੜੇ ਸਾਡੇ ਸਟੇਟ ਪੁਲਿਸ ਨੋਡਲ ਅਫਸਰ ਨੇ ਫਰਗੀ ਸਾਹਿਬ, ਉਹ ਅਸੀਂ ਸਾਰਿਆਂ ਨੇ ਇੱਥੇ ਆਉਣ ਵਾਲੀ ਚੋਣਾਂ ਦੇ ਮੱਦੇਨਜ਼ਰ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦਾ ਮੁੱਖ ਉਦੇਸ਼ ਸੀਗਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੇ ਇੰਸਟਰਕਸ਼ਨਸ ਜਾਰੀ ਕੀਤੇ ਆ ਮਾਡਲ ਕੋਡ ਆਫ ਕੰਡਕਟ ਦੇ ਨੂੰ ਇੰਪਲੀਮੈਂਟ ਕਰਨ ਲਈ, ਉਸ ਦੀ ਇਨ ਪਿੰਨ ਪਾਲਣਾ ਕੀਤੀ ਜਾਵੇ। ਪੰਜਾਬ ਦੇ ਵਿੱਚ ਜਿਹੜੀ ਲਿਕਰ ਹੈ ਉਸਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ, ਡਰੱਗਸ ਦੇ ਉੱਤੇ ਕਿਸ ਤਰ੍ਹਾਂ ਦੇ ਪ੍ਰਭਾਵੀ ਕਦਮ ਉਠਾਏ ਜਾਣ, ਜਿਹੜੀ ਸਾਡੀ ਬਾਰਡਰ ਦੇ ਉੱਤੇ ਡਿਪਲੋਇਮੈਂਟ ਹੈ ਉਸਨੂੰ ਕਿਸ ਤਰ੍ਹਾਂ ਸਟਰੋਂਗ ਕੀਤਾ ਜਾਵੇ, ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਇਲੈਕਸ਼ਨਸ ਹੈ ਉਹ ਪੀਸਫੁਲੀ ਕੰਡਕਟ ਕਰਾਏ ਜਾ ਸਕਣ। ਸੋ ਇਹ ਇੰਟਰ ਕੋਆਰਡੀਨੇਸ਼ਨ ਇੰਟਰ ਡਿਪਾਰਟਮੈਂਟਲ ਕੋਆਰਡੀਨੇਸ਼ਨ ਮੀਟਿੰਗ ਸੀ, ਜਿਹਦੇ ਵਿੱਚ ਸੈਂਟਰਲ ਏਜੰਸੀਜ਼ ਨੇ ਵੀ ਭਾਗ ਲਿਆ, ਔਰ ਜਿਹੜੇ ਇਨਪੁੱਟ ਸੀਗੇ ਅਸੀਂ ਇੱਕ ਦੂਜੇ ਨਾਲ ਸਾਂਝੇ ਕੀਤੇ। ਸੋ ਇੱਕ ਬੜਾ ਵੱਡੀ ਪਹਿਲ ਹੈ ਜਿਸ ਦੇ ਨਾਲ ਮੈਂ ਸਮਝਦਾ ਕਿ ਅਸੀਂ ਇਕੱਠੇ ਮਿਲ ਕੇ ਐਜ਼ ਅ ਟੀਮ ਕੰਮ ਕਰਾਂਗੇ, ਔਰ ਆਉਣ ਵਾਲੇ ਜਿਹੜੇ ਪਾਰਲੀਮੈਂਟਰੀ ਚੋਣਾਂ ਨੇ ਉਹਨਾਂ ਨੂੰ ਬਿਲਕੁਲ ਪੀਸਫੁਲੀ ਫੇਅਰ ਤਰੀਕੇ ਨਾਲ ਉਸਨੂੰ ਅਸੀਂ ਸੰਪੰਨ ਕਰਾਂਗੇ। ਅਸੀਂ ਟੋਟਲ 564 ਕੰਪਨੀਆਂ ਦੀ ਡਿਮਾਂਡ ਕੀਤੀ ਹੈ, ਔਰ ਕਿਉਂਕਿ ਚੋਣ ਸਾਡੇ ਬਿਲਕੁਲ ਆਖਰੀ ਪੜਾਅ ਦੇ ਵਿੱਚ ਹੈਗੇ ਆ, ਹੁਣ ਤੱਕ ਸਾਨੂੰ ਕੌਨਫੀਡੈਂਸ ਮੈਜ਼ਰ ਲੈਣ ਲਈ ਔਰ ਪੰਜਾਬ ਦੀ ਸਟੇਟ ਦੇ ਵਿੱਚ ਸੁਰੱਖਿਆ ਵਧਾਉਣ ਲਈ 25 ਕੰਪਨੀਆਂ ਸਾਡੇ ਕੋਲ ਪੈਰਾਮਿਲਟਰੀ ਫੋਰਸਿਸ ਦੀ ਆਲਰੇਡੀ ਆ ਚੁੱਕੀਆਂ। ਅਸੀਂ ਜਿੰਨੀ ਵੀ ਸਾਡੀ ਸੈਂਸਿਟੀਵਿਟੀ ਹੈ ਉਸਨੂੰ ਅਸੀਂ ਐਸੈਸ ਕਰ ਲਿਆ। ਜਿਹੜੇ ਵਲਨਰੇਬਲ ਪੋਲਿੰਗ ਸਟੇਸ਼ਨਸ ਹੈ, ਬੂਥਸ ਹੈ, ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ ਨੇ। ਜਿਹੜੇ ਸਾਡੇ ਸੈਂਸਿਟਿਵ ਹੌਟਸਪੋਟਸ ਨੇ ਜਿੱਥੇ ਵਲਨਰੇਬਲ ਜਿਹਨੂੰ ਕਹਿੰਦੇ ਆ, ਉਹਨਾਂ ਦੀ ਲਿਸਟਾਂ ਬਣਾਈਆਂ ਜਾ ਚੁੱਕੀਆਂ, ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ, ਔਰ ਇਲੈਕਸ਼ਨ ਨੇੜੇ ਆਉਣ 'ਤੇ ਉੱਥੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਨਹੀਂ, ਉਹ ਸਾਡੇ ਤਰ੍ਹਾਂ ਤਰ੍ਹਾਂ ਦੇ ਹੈ। ਜਿਹੜੇ ਪਿਛਲੇ ਸੈਂਸਿਟੀਵਿਟੀ ਦਾ ਦੋ ਮੁੱਦੇ ਹੁੰਦੇ ਆ, ਇੱਕ ਤਾਂ ਜਿਹੜੇ ਪਿਛਲੇ ਇਲੈਕਸ਼ਨਸ ਦੇ ਵਿੱਚ ਜਿੱਥੇ ਕਿਤੇ ਕੋਈ ਪੋਲ ਵਾਇਲੈਂਸ ਹੋਈ ਹੋਵੇ, ਜਿੱਥੇ ਕੋਈ ਮਾਡਲ ਕੋਡ ਆਫ ਕੰਡਕਟ ਦਾ ਬ੍ਰੀਚ ਹੋਇਆ ਹੋਵੇ, ਉਸਨੂੰ ਸੈਂਸਿਟਿਵ ਮੰਨਦੇ ਆ। ਔਰ ਦੂਸਰੀ ਸੈਂਸਿਟੀਵਿਟੀ ਸਾਡੀ ਹੁੰਦੀ ਹੈ ਆਪਣੀ ਲਾਅ ਐਂਡ ਆਰਡਰ ਇੰਟੈਲੀਜੈਂਸ ਬੇਸਡ ਜਿਹੜੀ ਸਾਡਾ ਅਸੈਸਮੈਂਟ ਹੈ। ਸੋ ਉਹ ਪੂਰਾ ਕੀਤਾ ਹੋਈ ਹੈ ਐਕਸਰਸਾਈਜ਼, ਔਰ ਉੱਥੇ ਅਸੀਂ ਖਾਸ ਨਿਗਾਹ ਰੱਖਦੇ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਇੱਕ ਬਹੁਤ ਸਾਰੇ ਉਪਰਾਲੇ ਕੀਤੇ ਆ ਤਾਂ ਕਿ ਜਿਹੜਾ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਕਿ ਪੰਜਾਬ ਤੋਂ ਲਿਕਰ ਬਾਹਰ ਜਾ ਰਹੀ ਹੈ, ਉਸਨੂੰ ਰੋਕਿਆ ਜਾ ਸਕੇ। ਸੈਂਟਰਲ ਲੈਵਲ 'ਤੇ ਅਸੀਂ ਇੱਕ IPS ਅਫਸਰ ਨੂੰ, ਇੱਕ ਨੋਡਲ ਅਫਸਰ ਨਿਯੁਕਤ ਕੀਤਾ ਹੈ, ਔਰ ਸਾਰੀ ਸਟੇਟਸ ਨੂੰ ਅਸੀਂ ਉਸਦੀ ਇਨਫੋਰਮੇਸ਼ਨ ਦਿੱਤੀ ਹੈ ਕਿ ਜੇ ਕਿਤੇ ਕੋਈ ਸੀਜ਼ਰ ਹੁੰਦਾ ਹੈ ਤਾਂ ਇਮੀਡੀਏਟਲੀ ਉਸ ਸੀਜ਼ਰ ਦੇ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ।
ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ, ਪੰਜਾਬ ਪੁਲਿਸ ਵੱਲੋਂ ਪ੍ਰੋਐਕਟਿਵ ਹੋ ਕੇ ਕੁਝ ਕਦਮ ਚੁੱਕੇ ਗਏ ਹਨ। ਨਾ ਸਿਰਫ ਬਿਹਾਰ, ਬਿਹਾਰ ਤੋਂ ਜਦੋਂ ਸਾਨੂੰ ਇਨਫੋਰਮੇਸ਼ਨ ਆਈ, ਅਗਲੇ ਦਿਨ ਹੀ ਸਾਡੀ ਪੁਲਿਸ ਦੀ ਟੀਮ ਔਰ ਐਕਸਾਈਜ਼ ਦੀ ਟੀਮ ਫਲਾਈ ਕਰਕੇ ਪਟਨਾ ਗਈ। ਪਟਨਾ ਤੋਂ ਜਾ ਕੇ ਅਸੀਂ ਪ੍ਰੋਐਕਟਿਵ ਹੋ ਕੇ ਉਹਨਾਂ ਦੀ ਇਨਫੋਰਮੇਸ਼ਨ ਲੈ ਕੇ ਆਏ ਔਰ ਉਹ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ। ਇਹ ਅਜੇ ਪਰਸੋਂ ਪਰਸੋਂ ਦੀ ਗੱਲ ਹੈ, ਦਾ ਰਿਪੋਰਟ ਇਜ਼ ਬੀਂਗ ਪ੍ਰਿਪੇਅਰਡ। ਸਾਥ ਹੀ ਮੈਂ ਇਹ ਦੱਸਣਾ ਚਾਹਾਂਗਾ, ਸਾਨੂੰ ਇਤਲਾਹ ਆਈ ਸੀਗੀ ਹਰਿਆਣੇ ਤੋਂ ਨੂੰਹ ਦੇ ਵਿੱਚ ਸ਼ਰਾਬ ਫੜੀ ਗਈ ਹੈ। ਅਸੀਂ ਨੂੰਹ ਦੇ ਵਿੱਚ ਵੀ ਟੀਮ ਭੇਜ ਕੇ ਉੱਥੋਂ ਵੀ ਇਨਫੋਰਮੇਸ਼ਨ ਲਿੱਤੀ ਔਰ ਐਕਸਾਈਜ਼ ਡਿਪਾਰਟਮੈਂਟ ਵੱਲੋਂ ਸਖ਼ਤ ਕਾਰਵਾਈ ਕੀਤੀ ਹੈ ਉਹਨਾਂ ਵੈਂਡਰਸ ਦੇ ਖਿਲਾਫ਼ ਜਿੱਥੋਂ ਇਹ ਸ਼ਰਾਬ ਓਰਿਜਿਨੇਟ ਹੋਈ ਸੀ। ਇਸੇ ਤਰ੍ਹਾਂ ਅਸੀਂ ਇੱਕ ਟੀਮ ਰਾਜਸਥਾਨ ਭੇਜ ਚੁੱਕੇ ਹਾਂ, ਉੱਥੋਂ ਵੀ ਅਸੀਂ ਤੱਤ ਕਰ ਰਹੇ ਹਾਂ ਔਰ ਸਾਡੇ ਜਿਹੜੇ ਆ ਅਸੀਂ 217 ਨਾਕੇ ਆਈਡੈਂਟੀਫਾਈ ਕੀਤੇ ਆ, ਜਿਹੜੇ ਐਂਟਰੀ ਐਗਜ਼ਿਟ ਰੂਟਸ ਹੈਗੇ ਆ ਪੰਜਾਬ ਦੇ, ਉਹਨਾਂ ਨੂੰ ਵੀ ਸਟਰੈਂਥਨ ਕੀਤਾ ਜਾ ਰਿਹਾ ਹੈ ਤਾਂ ਕਿ ਜਿਹੜੀ ਵੀ ਲਿਕਰ ਹੈ ਉਹ ਬਾਹਰ ਨਾ ਜਾ ਸਕੇ। ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਉਪਰਾਲੇ ਲੈ ਰਹੇ ਹਾਂ ਤਾਂ ਕਿ ਇਹ ਇਨਸ਼ੋਰ ਕਰੀਏ ਕਿ ਸਾਡੀ ਜਿਹੜੀ ਡਿਸਟਿਲਰੀਜ਼ ਹੈ, ਜਿਹੜੀ ਬਰੂਵਰੀਜ਼ ਹੈ, ਜਿਹੜੇ ਬੋਟਲਿੰਗ ਪਲਾਂਟਸ ਹੈ, ਉੱਥੋਂ ਕੋਈ ਪਿਲਫਰੇਜ ਨਾ ਹੋਵੇ। ਹਾਂਜੀ, ਹੁਣ ਤੱਕ ਲਗਭਗ 4.5 ਲੱਖ ਤੋਂ ਉੱਤੇ ਅਸਲਾ ਲਾਇਸੈਂਸ ਹੈਗੇ ਆ। ਨਹੀਂ ਨਹੀਂ, ਪੂਰੇ ਪੰਜਾਬ ਦੀ ਗੱਲ ਕਰ ਰਹੇ, 4 ਲੱਖ ਤੋਂ ਵੱਧ ਸਾਡੇ ਅਸਲਾ ਲਾਇਸੈਂਸ ਹੈ ਔਰ ਲਗਭਗ 50% ਅਸਲੇ ਹੁਣ ਤੱਕ ਜਮ੍ਹਾਂ ਹੋ ਚੁੱਕੇ ਆ ਔਰ ਇਹ ਇੱਕ ਸਲੋ ਪ੍ਰੋਸੈਸ ਹੈ। ਕਮੇਟੀ ਵੀ ਹਰ ਜ਼ਿਲ੍ਹੇ 'ਚ ਬਣੀ ਹੈ ਜਿਹੜਾ ਇਸ ਨੂੰ ਮੋਨੀਟਰ ਕਰ ਰਹੀ। ਇਹਦੇ ਦੋ ਕੰਟਰੋਲ ਰੂਮਸ ਹੈਗੇ ਆ, ਇੱਕ ਤਾਂ ਪੰਜਾਬ ਪੁਲਿਸ ਵੱਲੋਂ ਕੰਟਰੋਲ ਰੂਮ ਅਸੀਂ ਸਥਾਪਿਤ ਕਰਾਂਗੇ ਔਰ ਇਲੈਕਸ਼ਨ ਜਿਹੜਾ ਸਾਡਾ CEO ਆਫਿਸ ਹੈ ਉੱਥੇ 24/7 ਇੱਕ ਕੰਟਰੋਲ ਰੂਮ ਸਾਡਾ ਸਥਾਪਿਤ ਕੀਤਾ ਹੋਇਆ। ਜੇ ਕਿਸੇ ਨੂੰ ਇਲੈਕਸ਼ਨ ਦੇ ਬਾਰੇ, ਮਾਡਲ ਕੋਡ ਆਫ ਕੰਡਕਟ ਬਾਰੇ, ਕੋਈ ਮੈਲ ਪ੍ਰੈਕਟਿਸ ਬਾਰੇ ਜਾਂ ਹੋਰ ਕਿਸੇ ਕਿਸਮ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਹੋਵੇ ਤਾਂ ਉਹ ਸਾਂਝੀ ਕੀਤੀ ਜਾ ਸਕਦੀ, ਉਹ ਨੰਬਰ ਅਸੀਂ ਸ਼ੇਅਰ ਕਰਾ ਦਿੰਦੇ। ਥੈਂਕ ਯੂ, ਥੈਂਕ ਯੂ ਜੀ।